ढिल्लों पंजाब फुक चैनल तो देख रहे दर्शकों का बहुत बहुत धन्यवाद करता हाँ। तो इस वक्त असी पिंड राय जिहड़ा कि डिस्ट्रिक्ट अमृतसर दे विच पैंदा पिंड है और ब्लॉक चुगावां ते हलका राजासी का पिंड है। असी उह पिंड दे विच उत्थों दे साबका सरपंच श्रीमती पलविंदर कौर जी, वाइफ ऑफ सरदार बलदेव सिंह जी ते कार्यकारी सरपंच सरदार दिलबाग सिंह जी साढ़े नाल इस वक्त मौजूद ने। तो असी उन्हां कोलों उन्हां दी सरपंची दे दौरान होए पिंड दे विकास दे बारे जानकारी लवांगे। तो उस तो इलावा साडा जिहड़ा इह सर्वे 2022 दी इलैक्शन दे संबंध च चल रहा है, इस संबंध च वी आपां सरपंच साहब नाल ते कार्यकारी सरपंच सरदार दिलबाग सिंह जी नाल गलबात करांगे कि उन्हां दे की विचार ने 2022 दी इलैक्शन दे संबंध दे विच। ते आओ हुण तुहाडे रूबरू कराउंदे आं आपां कार्यकारी सरपंच सरदार दिलबाग सिंह जी ते साबका सरपंच सरदार बलदेव सिंह जी दे नाल। हांजी सर, सति श्री अकाल। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਛਾ ਸਰ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛੂੰਗਾ ਕਿ ਤੁਸੀਂ ਆਪਣੇ ਹਲਕੇ ਦੇ MLA ਸਾਹਿਬ, ਕੈਬਨਿਟ ਮੰਤਰੀ ਵੀ ਨੇ, ਉਹਨਾਂ ਬਾਰੇ ਤੁਸੀਂ ਕੁਛ ਕਹਿਣਾ ਚਾਹੋਗੇ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਚਲੋ ਸਾਡੇ ਪਿੰਡ ਦਾ ਜਿੰਨਾ ਕੁ ਵਿਕਾਸ ਹੋਇਆ, ਜਿੰਨਾ ਆ ਸਹੀ ਹੋਇਆ, ਵਧੀਆ ਹੋਇਆ, ਪਰ ਦੂਜਾ ਜਿਹੜਾ ਸਾਡਾ ਇੱਕ ਨਹਿਰੀ ਮਸਲਾ ਸੀ ਜੀ, ਜਿਹੜਾ ਨਹਿਰ ਪੱਖੋਂ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਸਾਡੇ ਪਿੰਡ ਨੂੰ, ਉਹਦੇ ਕਰਕੇ ਨਹਿਰ ਪੱਖੀ ਜਿਹੜਾ ਸਾਡਾ ਸੂਆ ਜਿਹੜਾ ਪੱਕਾ ਹੋਇਆ ਸਾਨੂੰ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ। ਠੀਕ ਹੈ, ਤੁਸੀਂ ਸਰਪੰਚ ਸਾਹਿਬ ਠੀਕ ਹੈ ਜੋ ਇਹਨਾਂ ਕਹਿ ਤਾ ਜੀ? ਹਾਂਜੀ, ਜੋ ਕਹਿ ਤਾ ਠੀਕ ਹੈ ਭਾਅ ਜੀ, ਨਹਿਰ ਵਾਲਾ ਮਸਲੇ ਦਾ ਜੀ ਠੀਕ ਹੋਇਆ, ਵਧੀਆ ਹੋਇਆ। ਅਤੇ ਅੱਛਾ ਸਰਪੰਚ ਸਾਹਿਬ, ਜਦੋਂ ਤੁਸੀਂ ਸਰਪੰਚ ਬਣੇ ਸੀ ਉਸ ਟਾਈਮ 'ਤੇ ਆਪਣੀ ਜਿਹੜੀ ਸ਼ਮਸ਼ਾਨ ਘਾਟ ਅਸਲੀ ਘਰ ਇਨਸਾਨ ਦਾ ਉਹੀ ਆ, ਉਹਦੀ ਕੰਡੀਸ਼ਨ ਜਿਹੜੀ ਆ ਉਹ ਕਿੱਦਾਂ ਦੀ ਸੀ? ਉਹ ਤਾਂ ਬਹੁਤ ਮਾੜੇ ਸੀ ਅਤੇ ਮੁੜ ਕੇ ਉੱਥੇ ਮਿੱਟੀ ਪਾਈ ਸੀ, ਮਿੱਟੀ ਮੁੱਟੀ ਪਾ ਕੇ ਸ਼ਮਸ਼ਾਨ ਘਾਟ ਦਾ ਜਿੱਥੇ ਸੰਸਕਾਰ ਹੁੰਦੇ ਸੀ ਉੱਥੇ ਪੱਕਾ ਉੱਥੇ ਬਣਾਇਆ। ਅੱਛਾ ਜੀ, ਖੜਾ ਸਾਹਿਬ, ਖੜਾ ਸਾਹਿਬ। ਅਤੇ ਹੁਣ ਉੱਥੇ ਤਾਂ ਪਿੰਡ 'ਚੋਂ ਕੋਈ ਗਰਾਈ ਕਰਕੇ ਕੁਝ ਸਰਕਾਰ ਨੇ ਦਿੱਤੇ ਪੈਸੇ। ਅੱਛਾ ਜੀ, ਅਤੇ ਹੁਣ ਉੱਥੇ ਚਾਰ ਦੁਆਰੀ ਵਲ ਕੇ ਅਤੇ ਉਹਦੇ ਵਿੱਚ ਇੱਟਾਂ ਵੀ ਲੱਗੀਆਂ, ਬਰਾਂਡਾ ਵੀ ਪਿਆ ਹੋਇਆ, ਹੁਣ ਠੀਕ ਹੈ, ਹੁਣ ਠੀਕ ਹੈ, ਠੀਕ ਹੈ। ਅਤੇ ਅੱਛਾ ਸਰ, ਆਪਣੇ ਇੱਥੇ ਵਾਟਰ ਸਪਲਾਈ ਦਾ ਕਿੱਦਾਂ ਜੀ? ਵਾਟਰ ਸਪਲਾਈ ਦੇ ਪਹਿਲਾਂ ਤਾਂ ਸਾਰਨੇ ਪਿੰਡ ਤੋਂ ਸਾਨੂੰ ਆਉਂਦੇ ਸੀ, ਸਾਰਨੇ ਪਿੰਡ ਤੋਂ, ਸਾਰਨੇ ਪਿੰਡ ਤੋਂ ਲਾਗੇ 2 ਕਿਲੋਮੀਟਰ, 2 ਕਿਲੋਮੀਟਰ। ਅੱਛਾ, ਉੱਥੋਂ ਆਉਂਦੀ ਸੀ ਤਾਂ ਪੈਪ ਫਿਰ ਮਾੜੇ ਹੋਣ ਕਰਕੇ ਕੁਛ ਵੀ ਪੁਰਾਣੇ ਹੋਣ ਕਰਕੇ ਉਹ ਪਿੱਛੋਂ ਆਉਂ ਹਟ ਗਈ, ਹੁਣ ਤਾਂ ਜਿਹੜਾ ਵੀ ਸਾਡੇ ਟੂਟੀਆਂ ਲੱਗੀਆਂ ਨੇ। ਅੱਛਾ, ਕਨੈਕਸ਼ਨ ਲੱਗ ਗਏ? ਹਾਂ, ਕਨੈਕਸ਼ਨ ਸਾਡੇ ਲੱਗ ਗਏ ਨੇ, ਘਰੋਂ ਘਰੀ ਦਿੱਤੇ ਨੇ। ਅਤੇ ਇਹ ਪਾਣੀ ਕਿੱਥੋਂ ਆਊਗਾ ਫਿਰ ਤੁਹਾਨੂੰ? ਇਹ ਸਾਨੂੰ ਪਾਣੀ ਪਿੰਡਿਓ ਆਊਗਾ, ਪਿੰਡੇ ਪ੍ਰੋਜੈਕਟ ਜਿਹੜਾ? ਹਾਂਜੀ, ਉੱਥੇ ਪ੍ਰੋਜੈਕਟ ਤੋਂ ਪਾਣੀ ਆਊਗਾ। ਹਾਂਜੀ, ਉੱਥੋਂ, ਠੀਕ ਹੈ। ਅਤੇ ਅੱਛਾ ਸਰਪੰਚ ਸਾਹਿਬ, ਗਹਿਰਾਂ ਹੁੰਦੀਆਂ ਹੋਣੀਆਂ, ਪਾਣੀ ਗਲੀਆਂ 'ਚ ਖਲੋਂਦਾ ਹੋਣਾ? ਹਾਂਜੀ, ਖਲੋ ਜਾਂਦਾ ਹੈ ਨਾਲੀਆਂ 'ਚ, ਗਲੀਆਂ 'ਚ। ਪਹਿਲਾਂ ਇਹ ਛੱਪੜ ਵਿੱਚੋਂ ਮਿੱਟੀ ਨਿਕਲਦੀ ਸੀ, ਅੱਛਾ, ਪਾਣੀ ਦੇ ਉੱਥੇ ਹੀ ਖਤ ਹੋ ਆ ਜਾਂਦਾ ਹੈ। ਹਾਂ, ਅਤੇ ਬਾਅਦ ਦੇ ਵਿੱਚ ਉਹਨੂੰ ਮਿੱਟੀ ਮੱਟੀ ਨਹੀਂ ਨਿਕਲਦੀ, ਮਕਾਨ ਪੱਕੇ ਪੈਣ ਕਰਕੇ। ਹਾਂਜੀ ਹਾਂਜੀ, ਅਤੇ ਹੁਣ ਜਿਹੜਾ ਉੱਥੇ ਮੋਟਰ ਲੱਗੀ ਆ, ਮੋਟਰ ਦਾ ਪਾਣੀ ਚੁੱਕ ਕੇ ਅਤੇ ਟੂਏ 'ਚ ਪਾਈ, ਮਤਲਬ ਕਿ ਪਾਣੀ ਦੀ ਪ੍ਰੋਬਲਮ ਆ, ਆਪਣੇ ਪਿੰਡ ਵਿੱਚ ਕੋਈ ਧਰਮਸ਼ਾਲਾ ਜਾਂ ਕੋਈ ਜੰਜ ਘਰ ਹੈ? ਇੱਕ ਮੇਰੇ ਪਿੰਡ ਦੇ ਵਿੱਚ ਜੰਜ ਘਰ ਆ, ਸਿਰਫ ਸਾਡੇ ਪਿੰਡ 'ਚ ਇੱਕੋ ਹੀ ਗੁਰਦੁਆਰਾ ਧਾਰਮਿਕ ਆ, ਸਾਰੇ ਜੋ ਨੇ ਵੀ ਆਪਣੇ ਐਸੀ ਪਰਿਵਾਰ ਕੋਟਾ ਜਾਂ ਗੱਲ ਕਰੀਏ, ਆਪਣੇ ਪਿੰਡ ਦੇ ਵਿੱਚ ਸਕੂਲ ਕਿੰਨੇ ਨੇ ਸਰਕਾਰੀ? ਜਿਹੜੇ ਸਕੂਲ ਨੇ ਅਤੇ ਅੱਛਾ ਜੀ, ਆਪਣਾ ਹੁਣ ਵੀਰ ਜੀ ਆਪਾਂ ਗੱਲ ਕਰੀਏ, ਅਤੇ ਪਿੰਡ ਦੇ ਵਿੱਚ ਕੋਈ ਗਰਾਊਂਡ ਜਾਂ ਕੋਈ ਪਾਰਕ? ਨਾ ਗਰਾਊਂਡ ਨਹੀਂ, ਪਾਰਕ ਨਹੀਂ, ਕੋਈ ਕਲੱਬ ਹੈਗਾ ਜੀ, ਕਲੱਬ ਹੈਗਾ, ਕਿ ਮੰਤਰੀ ਸਾਹਿਬ ਨੇ ਸਮਾਨ ਵੀ ਦਿੱਤਾ ਉਹਦਾ। ਅੱਛਾ, ਸਾਨੂੰ ਉਹਨਾਂ ਨੇ 3 ਕੁ ਲੱਖ ਰੁਪਈਆ ਦਿੱਤਾ ਸੀ ਜਦੋਂ ਇਹ ਸਮਾਨ ਲਿਆ ਕੇ, ਅਤੇ ਹੁਣ ਬੱਚੇ ਸਾਡੇ ਦੋਵੇਂ ਟਾਈਮ ਉੱਥੇ ਲਿਆ ਕੇ
ਤੇ ਇਹਦਾ ਮਤਲਬ ਕਿ ਕਲੱਬ ਵੀ ਹੈਗਾ ਵਾ ਤੇ ਗਰਾਊਂਡ ਵੀ ਹੈਗੀ ਆ। ਹਾਂਜੀ ਗਰਾਊਂਡ ਵੀ ਹੈਗੀ ਪਰ ਛੋਟੀ ਗਰਾਊਂਡ ਬੜੀ ਹੈਗੀ ਆ, ਬੜੀ ਨਹੀਂ ਪੰਚਾਇਤੀ ਪਹਿਲੀ ਚਾਰ ਦਿਵਾਰੀ ਨਹੀਂ, ਚਾਰ ਦਿਵਾਰੀ ਨਹੀਂ ਹੈਗੀ ਉਹਦੇ, ਕਲੱਬ ਦੇ ਨਾਲ ਗਰਾਊਂਡ ਵੀ ਹੈਗੀ ਸਾਡੇ ਗਰਾਊਂਡ ਵੀ ਹੈ ਤੇ ਕਲੱਬ ਦਾ ਵੀ ਸਮਾਨ ਬਹੁਤ ਹੀ ਵਧੀਆ ਰਹਾ ਹੈਵੀ ਸਮਾਨ ਆ। ਤੇ ਪਾਰਕ ਨਹੀਂ ਹੈਗੀ? ਨਹੀਂ ਪਾਰਕ ਨਹੀਂ ਹੈਗੀ, ਪਾਰਕ ਨਹੀਂ। ਹਾਂਜੀ ਪਾਰਕ। ਤੇ ਅੱਛਾ ਸਰ ਹੁਣ ਆਪਾਂ ਗੱਲ ਕਰੀਏ ਜੀ 2022 ਦੀ ਇਲੈਕਸ਼ਨ ਦੇ ਸੰਬੰਧ ਵਿੱਚ ਸਰਪੰਚ ਸਾਹਿਬ, ਤੇ ਮੈਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਆਪਾਂ ਨੂੰ ਕਾਂਗਰਸ ਦੇ ਨਾਲ ਜੁੜਿਆ ਕਿ ਨਾ ਕਰੋਗੇ? ਚਲੋ ਅਸੀਂ ਤਾਂ ਪਹਿਲਾਂ ਕਾਂਗਰਸ ਦੇ ਨਾਲ ਹਾਂ, ਇਹ ਮੁੜ ਕੇ ਉਲਾਦ ਦੇ ਵਿੱਚ ਵੀਰ ਸਿੰਘ ਦੇ ਨਾਲ ਆਪਣਾ ਅਕਾਲੀ ਦਲ 'ਚ ਆ। ਅੱਛਾ, ਇਹ ਵੀਰ ਆਪਣਾ ਕਾਂਗਰਸ, ਠੀਕ ਹੈ। ਅਤੇ ਅੱਛਾ ਸਰ ਇਸ ਵਾਰ ਤੁਸੀਂ ਜਿੱਦਾਂ ਕਹਿ ਰਿਹਾ ਕਿ ਅਕਾਲੀ ਦਲ ਵੱਲੋਂ ਤੁਸੀਂ ਮਤਲਬ ਕਿ ਅਕਾਲੀ ਦਲ ਦੇ ਮਤਲਬ ਸਾਬਕਾ ਸਰਪੰਚ ਜੀ, ਅਤੇ ਐਤਕਾ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਆ, ਇਹਦੇ ਵਿੱਚ ਤੁਸੀਂ ਆਪਣੇ ਪਿੰਡ ਦੇ ਵਿੱਚੋਂ ਜਿਹੜੇ ਵੀ ਤੁਹਾਡੇ ਹਲਕੇ ਤੋਂ ਕੈਂਡੀਡੇਟ ਖੜ੍ਹੇ ਹੋਣਗੇ, ਵੀਰ ਸਿੰਘ ਲੋਕੋ ਵੀ ਖੜ੍ਹੇ ਹੋਣਗੇ, ਅਤੇ ਉਹਨਾਂ ਨੂੰ ਤੁਸੀਂ ਕਿੰਨੀ ਕੁ ਵੋਟ ਪਾਓਗੇ ਆਪਣੇ ਪਿੰਡ ਦੇ ਵਿੱਚੋਂ, ਕਿ ਉਹ ਕਿੰਨੀ ਕੁ ਲੀਡ ਨਾਲ ਤੁਹਾਡੇ ਬੂਥ ਤੋਂ ਕਿੰਨੀ ਕੁ ਲੀਡ ਨਾਲ ਜਿੱਤਣਗੇ? ਇਹ ਗੱਲ ਹੈ ਜੀ ਆਪਣਾ ਵੋਟਰਾਂ ਦਾ ਪਤਾ ਨਹੀਂ, ਇਹ ਗੱਲ ਹੈ ਲੋਕੋਗੇ ਸਾਹਿਬ ਦਾ ਕੋਈ ਪੱਕਾ ਪਤਾ ਨੀ ਜਿੱਤਣ ਕੇ ਹਾਰ ਨੂੰ? ਇਹ ਨਹੀਂ ਪੱਕਾ ਪਤਾ ਹੋਣਾ, ਵੋਟਾਂ ਚਲੋ ਪੈਣਗੇ ਪਿੰਡੋਂ ਸਾਡੇ, ਬਾਕੀ ਸਾਨੂੰ ਤਾਂ ਇੰਝ ਲੱਗਦਾ ਤਿੰਨੇ ਧਿਰਾਂ ਨੂੰ ਇੱਕੋ ਜਿਹੀਆਂ ਵੋਟਾਂ ਹੀ ਪੈਣੀਆਂ, ਸਰਕਾਰੀ ਹੋਣਾ ਵੀ ਕੰਮ ਪੱਖੀ ਵੋਟ ਪੈਣੀ ਹੈ, ਠੀਕ ਹੈ, ਇਹ ਤਾਂ ਕੰਮ ਪੱਖੀ ਵੋਟ ਪੈਣੀ ਹੈ। ਤੇ ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਪਿਓ ਪੁੱਤ ਦਾ ਨੀ ਪਤਾ, ਇਹ ਤਾਂ ਹੁਣ ਨਹੀਂ ਪਤਾ ਹੈਗਾ ਜੀ ਕਿਸੇ ਬਾਰੇ ਵੀ, ਚਲੋ ਇਹ ਆਪਦੀ ਜਗ੍ਹਾ ਹੁਣ ਵੀ ਜ਼ੋਰ ਲਾਉਣਗੇ ਵੀਰ ਸਿੰਘ ਵਾਲੇ, ਮੈਂ ਸਰਕਾਰੀ ਬਾਰੇ ਲਾਵਾਂਗਾ ਜਿਹੜੇ ਝਾੜੂ ਵਾਲੇ, ਇਸ ਕਰਕੇ ਹੋਰ ਹੈ ਤਾਂ ਭਰਾ ਭਰਾ ਹੀ ਆ, ਦਿਲਬਾਗ ਸਿੰਘ ਜੀ ਕਾਰਜਕਾਰੀ ਸਰਪੰਚ, ਤੁਸੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਅਸੀਂ ਆਪਣੇ ਕੇਂਦਰ ਵੱਲੋਂ ਆਪਣੀ ਟੀਮ ਵੱਲੋਂ